ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਹੋਈਆਂ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਹੋਈ ਅਤੇ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਬਣ ਗਏ ਕਿਸਾਨ ਅੰਦੋਲਨ ਨੇ ਪਿਛਲੇ ਸਮੇਂ ਦੌਰਾਨ ਪੂਰੀ ਦੁਨੀਆ ਦਾ ਧਿਆਨ ਖਿੱਚਿਆ ਸੀ ਅਤੇ ਇਸੇ ਅੰਦੋਲਨ ਵਿੱਚੋਂ ਸੰਯੁਕਤ ਸਮਾਜ ਮੋਰਚੇ ਦਾ ਜਨਮ ਵੀ ਹੋਇਆ ਇਸ ਮੋਰਚੇ ਦੀ ਅਗਵਾਈ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਕੀਤੀ ਸੰਯੁਕਤ ਕਿਸਾਨ ਮੋਰਚੇ ਨੇ ਪੰਜਾਬ ਵਿੱਚ ਚੋਣਾਂ ਵੀ ਲੜੀਆਂ ਅਤੇ ਕਿਸੇ ਵੀ ਸੀਟ ਉੱਤੇ ਮੋਰਚੇ ਨੂੰ ਜਿੱਤ ਨਹੀਂ ਮਿਲੀ ਕਿਸਾਨ ਅੰਦੋਲਨ ਵੱਲ ਨਜ਼ਰ ਮਾਰੀਏ ਤਾਂ ਲੱਗਦਾ ਸੀ ਕਿ ਸੰਯੁਕਤ ਸਮਾਜ ਮੋਰਚਾ ਚੋਣਾਂ ਵਿੱਚ ਦੂਜੀਆਂ ਸਿਆਸੀ ਪਾਰਟੀਆਂ ਨੂੰ ਵੱਡੀ ਟੱਕਰ ਦੇਵੇਗਾ ਪਰ ਅਜੇ ਹਾਂ ਨਹੀਂ ਹੋਇਆ ਇਸ ਸਬੰਧੀ ਆਓ ਸੁਣਦੇ ਹਾਂ ਵੱਖ-ਵੱਖ ਕਿਸਾਨਾਂ ਦੇ ਵਿਚਾਰ ਜਿਹੜਾ ਸਾਡਾ ਮੁੱਦਾ ਸੀ ਕਿਸਾਨਾਂ ਦਾ ਉਹ ਉੱਥੇ ਸਿਰਫ ਤਿੰਨ ਕਾਲੇ ਕਾਨੂੰਨ ਹੀ ਰੱਦ ਕਰਾਉਣਾ ਸੀ ਉਹ ਸਾਡਾ ਪੋਲਿਟਿਕਸ ਜਾਣਾ ਕੋਈ ਇਦੇ 'ਚ ਕੋਈ ਕਿਸਾਨਾਂ ਦੀ ਰਾਏ ਨਹੀਂ ਸੀ ਕੋਈ ਇਹਦੇ ਬਾਰੇ ਸੁਝਾਓ ਨਹੀਂ ਲਿਆ ਗਿਆ ਉਹ ਸਿਰਫ ਕੁਝ ਕੁ ਬੰਦਿਆਂ ਦਾ ਉਹਨਾਂ ਦਾ ਆਪਣਾ ਨਿੱਜੀ ਫੈਸਲਾ ਸੀ ਜੋ ਉਹਨਾਂ ਨੇ ਪਾਰਟੀਆਂ ਦੇ ਪਿੱਛੇ ਲੱਗ ਕੇ ਪਾਰਟੀ ਬਣਾਈ ਕਿਸਾਨ ਸਿਰਫ ਕਿਸਾਨ ਮੋਰਚਾ ਹੀ ਜਿੱਤਣ ਦੀ ਲਈ ਗਏ ਸੀ ਉਸੇ ਕਰਕੇ ਅਸੀਂ ਦਿੱਲੀ ਬੈਠੇ ਸੀ ਉਸ ਕਰਕੇ ਹੀ ਕਿਸਾਨਾਂ ਦਾ ਇਕਾ ਸੀ ਤਿੰਨ ਚਾਰ ਵਾਰੀ ਜਾਏ ਦਿੱਲੀ 26 ਜਨਵਰੀ ਨੂੰ ਅਸੀਂ 10 ਦਿਨ ਰਹੇ ਉੱਥੇ ਹਾਂਜੀ ਉਸ ਤੋਂ ਬਾਅਦ ਅਸੀਂ ਚਾਰ ਵਾਰੀ ਜਾਏ ਦਿੱਲੀ ਜਿਹੇਵਾਲ ਜਦ ਤੱਕ ਕਿਸਾਨੀ ਮੋਰਚੇ ਨੂੰ ਲੀਡ ਕਰ ਰਹੇ ਸੀ ਜਦ ਤੱਕ ਠੀਕ ਸੀ ਜਦੋਂ ਉਹ ਫਿਰ ਪੋਲਿਟਿਕਸ 'ਚ ਆ ਗਏ ਫਿਰ ਖੁਦ ਉਹਨਾਂ ਦੇ ਨਾਲ ਦੇ ਜਥੇਬੰਦੀਆਂ ਨੇ ਉਹਨਾਂ ਨੂੰ ਨਹੀਂ ਸਮਰਥਨ ਦੇਆ ਸਾਰੀ ਜਥੇਬੰਦੀਆਂ ਉਹਨਾਂ ਦੇ ਨਾਲ ਨਹੀਂ ਸੀ ਕੁਝ ਕੁ ਜਥੇਬੰਦੀਆਂ ਨੂੰ ਨਾਲ ਲੈ ਕੇ ਉਹਨਾਂ ਨੇ ਪਾਰਟੀ ਤਿਆਰ ਕਰੀ ਪਾਰਟੀ ਤਿਆਰ ਕਰਕੇ ਫਿਰ ਉਹ ਇਲੈਕਸ਼ਨ ਵੱਲ ਨੂੰ ਹੋ ਗਏ ਕੁਝ ਉਹਨਾਂ ਨੇ ਇਲੈਕਸ਼ਨ ਤੋਂ ਥੋੜੇ ਦਿਨ ਪਹਿਲਾਂ ਹੀ ਪਾਰਟੀ ਬਣਾਈ ਲੋਕਾਂ ਨੂੰ ਪੂਰਾ ਪਤਾ ਵੀ ਨਹੀਂ ਲੱਗਿਆ ਕਿਸਾਨਾਂ ਨੇ ਜੋ ਸਮਰਥਨ ਦੇਣਾ ਸੀ ਉਹ ਆਪਣਾ ਪਹਿਲਾਂ ਹੀ ਪਾਰਟੀਆਂ ਨੂੰ ਦੇ ਚੁੱਕੇ ਸੀ ਜਿਹੜੀ ਜਿਹੜੀ ਪਾਰਟੀ ਨਾਲ ਉਹ ਪਹਿਲਾਂ ਲੱਗੇ ਹੋਏ ਸੀ ਉਹਨਾਂ ਨਾਲ ਹੀ ਰਹੇ ਫਿਰੋ ਗਲਤ ਨਹੀਂ ਆਪਾਂ ਕਹਿ ਸਕਦੇ ਉਸ ਨੂੰ ਗਲਤ ਉਹਨਾਂ ਦੀ ਚਲੋ ਨਿੱਜੀ ਪਾਰਟੀਆਂ ਦਾ ਉਹਨਾਂ ਦਾ ਆਪਣੀ رائے ਹੈ ਗਲਤ ਤਾਂ ਕੋਈ ਵੀ ਚਲੋ ਜਿਹੜਾ ਵੀ ਕੋਈ ਬੰਦਾ ਬਣਾਉਂਦਾ ਹੈ ਭਲੇ ਵਾਸਤੇ ਹੀ ਬਣਾਉਂਦਾ ਹੈ ਗਲਤ ਕੁਝ ਨਹੀਂ ਪਰ ਲੋਕਾਂ ਨੇ ਉਹਦੇ 'ਚ رائے ਨਹੀਂ ਸੀ ਲੋਕਾਂ ਦੀ ਤਾਂ ਹੀ ਕਰਕੇ ਉਹਨਾਂ ਨੂੰ ਵੋਟ ਨਹੀਂ ਪਈ ਤਾਂ ਹੀ ਉਹਨਾਂ ਨੂੰ ਪੂਰੀ ਸਪੋਰਟ ਨਹੀਂ ਮਿਲੀ ਪੰਜਾਬ ਚ ਜੇ ਲੋਕਾਂ ਦਾ ਸਹਿਮਤੀ ਹੁੰਦੀ ਫਿਰ ਉਹਨਾਂ ਨੂੰ ਵੋਟ ਵੀ ਪੈਂਦੀ ਪਾਰਟੀ ਬਣਾਉਣਾ ਸਭ ਦਾ ਅਧਿਕਾਰ ਹੈ ਉਹਨਾਂ ਨੇ ਪਾਰਟੀ ਬਣਾਈ ਪਰ ਉਹ ਨਾ ਉਸ ਟਾਈਮ ਲੋਕਾਂ ਨੂੰ ਜਾਗਰੂਕ ਨਹੀਂ ਕਰ ਪਾਈ ਐਨ ਮੌਕੇ ਤੇ ਪਾਰਟੀ ਬਣਾਣ ਨਾਲੇ ਨੁਕਸਾਨ ਹੋਇਆ ਜੇ ਕੱਲ ਪਿੱਛੋਂ ਲੈ ਕੇ ਚੱਲਦੇ ਵੈਸੇ ਤਾਂ ਕਿਸਾਨ ਆਪਣੇ ਹੱਕ ਵਾਸਤੇ ਗਏ ਸੀ ਕੋਈ ਪਾਰਟੀ ਵਾਸਤੇ ਨਹੀਂ ਸੀ ਗਏ ਉੱਥੇ ਚਲੋ ਜੇ ਪਾਰਟੀ ਬਾਣਵੀ ਜਾਂਦੀ ਕੋਈ ਨੁਕਸਾਨ ਨਹੀਂ ਸੀ ਪਰ ਉਹਨਾਂ ਨੇ ਜੋ ਮੌਕੇ ਤੇ ਲੋਕਾਂ ਨੂੰ ਜਾਗਰੂਕ ਕਰਨਾ ਦੱਸਣਾ ਸੀ ਵੀ ਪਾਈ ਦੇ ਇਹ ਫਾਇਦੇ ਹੋਣਗੇ ਇਹ ਨੁਕਸਾਨ ਹੋਣਗੇ ਸਾਨੂੰ ਤਾਂ ਪਤਾ ਹੀ ਮੌਕੇ ਤੇ ਲੱਗਿਆ ਕਿ ਇਹਨਾਂ ਦੀ ਕੋਈ ਪਾਰਟੀ ਬਣ ਗਈ ਹੈ ਕਿਹਦੇ ਨਾਲ ਸਮਰਥਨ ਹੈ ਸਾਨੂੰ ਇਹ ਵੀ ਕਲੀਅਰ ਨਹੀਂ ਸੀਗਾ ਇਸ ਕਰਕੇ ਲੋਕਾਂ ਦਾ ਵਿਸ਼ਵਾਸ ਬਣਿਆ ਨਹੀਂ ਜੀ ਮੌਕੇ ਪਰ ਇਹ ਗੱਲ ਸਾਹ ਤਾਂ ਹੀ ਦਿੰਦੇ ਰੋ ਜੀ ਆਪਾਂ ਨੂੰ ਗੱਲ ਸਮਝ ਆ ਜਾਂਦੀ ਜੀ ਆਪਾਂ ਨੂੰ ਉਹ ਗੱਲ ਸਮਝ ਜਾਣੀ ਚਾਹੀਦੀ ਸੀ ਆਪਾਂ ਸਮਝਾਉਂਦੇ ਆਪਾਂ ਬੈਠਦੇ ਆਪਾਂ ਗੱਲ ਕਰਦੇ ਤਾਂ ਆਪਾਂ ਉਸ ਟਾਪਿਕ ਤੇ ਸੋਚਦੇ ਤਾਂ ਵੋਟ ਪਾਉਂਦੇ ਪਰ ਜੇ ਸਾਨੂੰ ਪਤਾ ਹੀ ਨਹੀਂ ਜੀ ਕਿ 누구 ਵੋਟ ਪਾਣੀ ਹੈ ਕਿਸ ਪਾਰਟੀ ਨਾਲ ਸਹਿਮਤ ਹੈ ਕਦੀ ਸੁਣਦੇ ਸੀਗੇ ਕਿ ਆਮ ਆਦਮੀ ਨਾਲ ਗੱਠਜੋੜ ਹੋ ਗਿਆ ਕਦੀ ਸੁਣਦੇ ਸੀ ਕਿਸੇ ਹੋਰ ਪਾਰਟੀ ਨਾਲ ਹੈ ਕਦੀ ਝੜੂਨੀ ਲੱਗ ਸੀ ਜੀ ਕਦੀ ਕੋਈ ਅਲੱਗ ਸੀ ਇਸ ਕਰਕੇ ਸਾਨੂੰ ਸਮਝ ਹੀ ਨਹੀਂ ਆਈ ਮੁੱਦਾ ਲੈ ਕੇ ਗਈ ਸੀ ਉਹ ਮੁੱਦਾ ਹੱਲ ਹੋਇਆ ਵਧੀਆ ਤਰੀਕੇ ਨਾਲ ਹੱਲ ਹੋ ਗਿਆ ਜੀ ਉਸ ਤੋਂ ਬਾਅਦ ਘਰ ਵਾਪਸੀ ਆਈ ਹੈ ਨਾਲ ਹੀ ਇਲੈਕਸ਼ਨ ਆ ਗਏ ਇਲੈਕਸ਼ਨਾਂ ਦੇ ਵਿੱਚ ਹੀ ਹਰੇਕ ਬੰਦੇ ਦਾ ਆਪਣਾ ਆਪਣਾ ਰੁਝਾਨ ਹੋ ਗਿਆ ਪਾਰਟੀਆਂ ਆਪਣੇ ਤੌਰ ਤੇ ਕੰਮ ਕਰਨ ਲੱਗੀਆਂ ਪਰ ਕਿਸਾਨ ਪਾਰਟੀ ਨੇ ਬਹੁਤ ਹੱਟ ਲੈਵਲ ਤੇ ਆਪਣੀ ਐਡਵਰਟਾਈਜ਼ ਕੀਤੀ ਸਮਝਾਉਣ ਦੀ ਕੋਸ਼ਿਸ਼ ਥੋੜਾ ਜਿਹਾ ਇਸ ਵਾਰ ਕੀ ਹੋਇਆ ਨਾ ਝਾੜੂ ਵਾਲੇ ਥੋੜਾ ਜਿਹਾ ਰੁਖੇ ਲੋਕਾਂ ਦਾ ਜ਼ਿਆਦਾ ਸੀਗਾ ਉਹ ਚਾਹੁੰਦੇ ਸੀਗੇ ਵੀ ਇੱਕ ਵਾਰੀ ਦਿੱਲੀ 'ਚ ਜਿਵੇਂ ਕੰਮ ਹੋਏ ਐ ਇੱਕ ਵਾਰੀ ਪੰਜਾਬ 'ਚ ਵੀ ਉਦਾਂ ਦਾ ਕੰਮ ਹੋਵੇ ਤਾਂ ਕਰਕੇ ਉਹਨਾਂ ਨੂੰ ਮੌਕਾ ਦਿੱਤਾ ਜੇ ਬਲਵੀਰ ਸਿੰਘ ਰਾਜੇਵਾਲ ਨੇ ਪਾਰਟੀ ਬਣਾਈ ਐ ਸਮਝਦਾਰ ਬੰਦੇ ਨੇ ਸਿਆਣੇ ਬੰਦੇ ਨੇ ਜਿਉਂ ਪੰਜਾਬ ਚ ਉਹਨਾਂ ਨੇ ਪਾਰਟੀ ਬਣਾਈ ਐ ਤਾਂ ਕੋਈ ਮਾੜੀ ਗੱਲ ਨਹੀਂ ਹੈਗੀ ਇਲੈਕਸ਼ਨ ਕਿਹੜਾ ਦੁਬਾਰਾ ਨਹੀਂ ਹੋਣੇ 5 ਸਾਲ ਫੇਰ ਵੀ ਆਣੇ ਆ 10 ਸਾਲ ਨੂੰ ਜਿਉਂ ਕੰਮ ਕਰਨਗੇ ਕਿਸਾਨ ਹਿੱਤਾਂ ਚ ਕੰਮ ਕਰਨਗੇ ਕਿਸਾਨ ਵੋਟ ਦੇਣਗੇ ਕੋਈ ਦਿੱਕਤ ਨਹੀਂ ਬਹੁਤ ਲੋੜ ਹੈ ਜੀ ਉਹਨਾਂ ਦੀ ਤਾਂ ਖਾਸ ਲੋੜ ਹੈ ਅਗਰ ਪਾਰਟੀ ਕਿਸਾਨਾਂ ਦੀ ਬਣੀ ਐ ਤਾਂ ਕੋਈ ਮਾੜੀ ਗੱਲ ਨਹੀਂ ਜਿਉਂ ਹਾਰ ਵੀ ਗਏ ਤਾਂ ਵੀ ਕੋਈ ਮਾੜੀ ਗੱਲ ਨਹੀਂ ਦੁਬਾਰਾ ਫੇਰ ਟਾਈਮ ਆਊਗਾ ਚੱਦੇ ਜਿੱਤੇ ਜਾਣਾ ਅਗਰ ਝਾੜੂ ਵਾਲੇ ਨਹੀਂ ਸਹੀ ਕੰਮ ਕਰਨਗੇ ਤਾਂ ਸਾਡੇ ਕੋਲ ਬਦਲ ਹੈਗਾ ਕਾਂਗਰਸ ਕਾਲੀ ਤਾਂ ਗਏ ਉਹ ਤਾਂ ਛੱਡ ਦੋ ਹੁਣ ਲੋਕਾਂ ਦਾ ਐ ਨਹੀਂ ਮੇਰੇ ਗੱਲ 'ਚ ਮੰਨੂ ਨਾ ਵੋਟ ਦੇਣ ਦਾ ਤਾਂ ਕਿਸਾਨ ਤਾਂ ਹੈਗੇ ਹੀ ਆ ਮੇਰੇ ਹਿਸਾਬ ਨਾਲ ਉਹ ਵਧੀਆ ਕੰਮ ਕਰਨਗੇ ਬਿਲਕੁਲ ਮੌਕਾ ਦਵਾਂਗੇ ਅਸੀਂ ਉਹਨਾਂ ਨੂੰ ਜਿਉ ਕੰਮ ਕਰਨਗੇ ਹੁਣ ਦੇਖੋ ਆਪੋਜੀਸ਼ਨ ਹੈ ਉਹਨੇ ਝਾੜੂ ਵਾਲੇ ਕੰਮ ਕਰਨਗੇ ਨਹੀਂ ਕਰਦੇ ਤਾਂ ਉਹ ਕਿਸਾਨ ਤਾਂ ਖੜੀ ਹੈ ਉਹਨਾਂ ਨੇ ਜੋ ਕਿਸਾਨੀ ਦੇ ਕੰਮ ਨੇ ਉਹ ਕਰਦੇ ਰੇਵਾਜ ਚੁੱਕਣਗੇ ਸਾਡੀ ਤਾਂ ਅਸੀਂ ਬਿਲਕੁਲ ਮੌਕਾ ਦਵਾਂਗੇ ਕੋਈ ਹਰਜ ਨਹੀਂ ਉਸੇ ਮੌਕਾ ਦੇਣ 'ਚ ਕੀ ਹਰਜ ਹੈ ਸਮਝਦਾਰ ਬੰਦੇ ਨੇ ਉਹਨਾਂ ਦੀ ਪਾਰਟੀ 'ਚ ਕਿਸਾਨ ਜੋ ਸਾਡੇ ਜਥੇਬੰਦੀਆਂ ਦੇ ਆਗੂ ਨੇ ਸਮਝਦਾਰ ਨੇ ਬਲਬੀਰ ਸਿੰਘ ਰਾਜੇਵਾਲ ਸਮਝਦਾਰ ਨੇ ਦੇਖੋ ਵੋਟਾਂ ਦਾ ਐਦਾਂ ਸੀਗਾ ਕਿ ਉਹ ਜਲਦਬਾਜੀ 'ਚ ਪਾਰਟੀ ਬਣੀ ਹੈ ਥੋੜਾ ਜਲਦਬਾਜੀ 'ਚ ਹੋ ਗਿਆ ਇੱਕ ਮੈਂ ਤੁਹਾਨੂੰ ਜਿਵੇਂ ਦੱਸਿਆ ਵੀ ਦਿੱਲੀ ਦਾ ਥੋੜਾ ਜਿਆਦਾ ਰੁਝਾਨ ਜ਼ਿਆਦਾ ਸੀਗਾ ਵੀ ਸ਼ਾਇਦ ਇੱਕ ਵਾਰੀ ਆਪਾਂ ਝਾੜੂ ਵਾਲਿਆਂ ਨੂੰ ਮੌਕਾ ਦੇ ਕੇ ਦੇਖੀਏ ਉਹ ਟਾਈਮ ਤੇ ਪਾਰਟੀ ਬਣੀ ਹੈ ਤਾਂ ਉਹ ਗੱਲ ਨਹੀਂ ਬਣ ਸਕੀ ਇਹ ਗੱਲ ਨਹੀਂ ਹੈਗੀ ਵੀ ਕਿਸਾਨ ਪਾਰਟੀ ਮਾੜੀ ਸੀ ਜਾਂ ਉਹਨਾਂ ਨੂੰ ਵੋਟਾਂ ਤਾਂ ਨਹੀਂ ਪਈਆਂ ਹੈਗੀਆਂ ਇਹ ਤਾਂ ਚਲੋ ਨੈਕਸਟ ਟਾਈਮ ਦੇਖਦੇ ਆਪਾਂ ਕੀ ਮੰਨਦਾ ਪਰ ਮੈਂ ਸਪੋਰਟ ਚ ਹੈਗਾ ਕਾਂਗਰਸ ਕਿਸਾਨ ਪਾਰਟੀ ਦੇ ਜੋ ਆਪਾਂ ਇੱਕ ਟੀਮ ਚ ਟੀਮ ਵਰਕ ਕੰਮ ਕਰ ਰਹੇ ਆ ਨਾ ਉਹਨਾਂ ਨੇ ਟੀਮ ਵਰਕ ਨਾਲ ਹੀ ਚੱਲਣਾ ਅਗਰ ਤੁਸੀਂ ਉੱਥੇ ਸਟੇਜ ਤੇ ਕਿਸੇ ਨੂੰ ਝੜਾ ਦਿਓ ਜੀ ਨਾਰੇ ਲੱਗੇ ਇਹ ਹੋ ਗਿਆ ਜੀ ਉਹ ਹੋ ਗਿਆ ਜਿਵੇਂ ਦੇਖਦੇ ਰਹੇ ਆ ਨਾ 26 ਤਰੀਕ ਨੂੰ ਇੱਕ ਵਾਰੀ ਤੁਸੀਂ 26 ਤਰੀਕ ਨੂੰ 26 ਜਨਵਰੀ ਨੂੰ ਪੂਰਾ ਮੇਲਾ ਖੇਡ ਲਿਆ ਸੀ ਇੱਥੋਂ ਸਭ ਵਾਪਸ ਆ ਗਏ ਸੀਗੇ ਉਹ ਤੁਹਾਡੀ ਕਹਿਤ ਸਾਹਿਬ ਅਗਰ ਥੋੜਾ ਜਿਹਾ ਨਾ ਮੌਕਾ ਸੰਭਦੇ ਤਾਂ ਹੱਥੋਂ ਗਿਆ ਸੀਗਾ ਕੰਮ ਸਾਰੇ ਹੀ ਬਲਵੀਰ ਸਿੰਘ ਰਾਜੇਵਾਲ ਸ਼ੁਰੂ ਤੋਂ ਲੈ ਕੇ ਐਂਡ ਤੱਕ ਇਹੀ ਬੋਲਦੇ ਰਹੇ ਆ ਵੀ ਤੁਸੀਂ ਚੁੱਪ ਸ਼ਾਂਤੀ ਨਾਲ ਬੈਠੇ ਰਹੋ ਆਪਾਂ ਜਿੱਤ ਕੇ ਜਾਵਾਂਗੇ ਤੇ ਉਹੀ ਗੱਲ ਹੋਈ ਆਪਾਂ ਜਿੱਤ ਕੇ ਵੀ ਆਏ ਆ ਜੇ ਆਪਾਂ ਹੁੱਲੜ ਬਾਜੀ ਕਰਦੇ ਲੜਦੇ ਉਹਨਾਂ ਨਾਲ ਲੜਨ ਨਾਲ ਮਸਲੇ ਹੱਲ ਨਹੀਂ ਹੁੰਦੇ ਆਪਾਂ ਸਰਕਾਰ ਨਾਲ ਨਹੀਂ ਲੜ ਸਕਦੇ ਹੈਗੇ ਇਹ ਸਾਰਿਆਂ ਨੂੰ ਪਤਾ ਹੈ ਸਾਰੇ ਗੱਲ ਜਾਣਦੇ ਆਂ ਚਾਰ ਦਿਨ ਆਪਾਂ ਲੜ ਗਏ ਬੈਠ ਕੇ ਡੰਡੇ ਖਾ ਕੇ ਘਰ ਨੂੰ ਆ ਜਾਂਦੇ ਰਾਜੇਵਾਲ ਨੇ ਸੰਭਿਆ ਉਹਨਾਂ ਨੂੰ ਇਹ ਮਸਲਾ ਅਗਰ ਰਾਜੇਵਾਲ ਸਾਹਿਬ ਨਾ ਸੰਭਦੇ ਉਸ ਟਾਈਮ ਤਾਂ ਉਹ ਕੰਮ ਖਰਾਬ ਸੀਗਾ ਪਲੀਜ਼ ਸਬਸਕ੍ਰਾਈਬ ਪ੍ਰਵਾਸੀ ਟੀਵੀ ਐਂਡ ਪ੍ਰੈਸ ਦ ਬੈਲ ਆਈਕਨ